सब तो पहला संगत जी फतेह दी सांझ जरूर पाओ जी, आखो जी वाहेगुरु जी का खालसा वाहेगुरु जी की फतेह। संगत जी आप जी नूं बेनती है जिहड़ी वीडियो असी तुहाडे नाल शेयर करन लगे हाँ जी, इस नूं पूरा जरूर सुनना जी, तां कि सानूं इह पता लग सके कि गुरु प्रति असी किस तरह जुड़ना है। नाल आप जी नूं एक होर बेनती है जी, वीडियो नूं तां तुसीं पूरा सुनना ही है जी, नाल चैनल नूं सबसक्राइब जरूर कर लेना जी। संगत जी एक बार श्री दरबार साहब विखे एक परिवार अरमाला साहब भेट करन वास्ते आया, शुद्ध सोने की कढ़ाई दे नाल तैयार किया सी, जिसकी कीमत 10 लाख रुपए सी। बहुत लोगों ने विचार दिते ते कई ने किंतु परिंतु भी किया, इस तरह नहीं करना चाहिए सी, की लोड़ सी इन्ना महंगा अरमाला साहब भेटा करन दी, ਉਹ ਲੋਕ ਰਮਾਲਾ ਸਾਹਿਬ ਭੇਟਾਂ ਨਾ ਕਰਦੇ, ਕੀ ਲੋੜ ਸੀ ਕਿਸੇ ਗਰੀਬ ਨੂੰ ਪੈਸੇ ਦੇ ਦਿੰਦੇ। ਦੇਖੋ ਸੰਗਤ ਜੀ ਆਪ ਜੀ ਨੂੰ ਅਸੀਂ ਵੀ ਬੇਨਤੀ ਕਰਦੇ ਹਾਂ, ਅਤੇ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ। ਜਿਹੜੇ ਲੋਕ ਕਮੈਂਟ ਕਰਦੇ ਸੀ ਕਿ ਕੀ ਲੋੜ ਸੀ ਭੇਟਾ ਕਰਨ ਦੀ ਗਰੀਬਾਂ ਨੂੰ ਪੈਸੇ ਦੇ ਦਿੰਦੇ, ਉਹਨਾਂ ਨੂੰ ਇੱਕ ਵਾਰ ਆਪਣੇ ਆਪ ਨੂੰ ਜ਼ਰੂਰ ਦੱਸਣਾ ਚਾਹੀਦਾ ਕਿ ਉਹਨਾਂ ਨੇ ਗਰੀਬਾਂ ਵਾਸਤੇ ਕੀ ਕੀਤਾ। ਤੁਹਾਡੇ ਵੀ ਦਿਲ ਦੀ ਸ਼ਰਧਾ ਹੁੰਦੀ ਹੈ ਕਿ ਅਸੀਂ ਜਾਂ ਘਰ ਬਣਾਉਣ ਲੱਗੇ ਹਾਂ ਜਾਂ ਕੋਈ ਬਸਤਰ ਲੈਣ ਲੱਗੇ ਹਾਂ, ਉਸ ਤੋਂ ਪਹਿਲਾਂ ਅਸੀਂ ਗੁਰੂ ਵਾਸਤੇ ਕੋਈ ਚੀਜ਼ ਭੇਟਾ ਜ਼ਰੂਰ ਕਰੀਏ। ਸੰਗਤ ਜੀ ਆਪਣੀ ਹੈਸੀਅਤ ਦੇ ਹਿਸਾਬ ਨਾਲ ਗੁਰੂ ਘਰ ਵਿੱਚ ਭੇਟਾ ਕੀਤੀ ਜਾਂਦੀ ਹੈ। ਕਿਸੇ ਦੀ ਕਿੰਨੀ ਸ਼ਰਧਾ ਹੁੰਦੀ ਹੈ, ਕਿਸੇ ਦੀ 1 ਰੁਪਏ ਦੀ ਸ਼ਰਧਾ ਹੁੰਦੀ ਹੈ, ਕਿਸੇ ਦੀ 1 ਲੱਖ ਰੁਪਏ ਦੀ ਸ਼ਰਧਾ ਹੁੰਦੀ ਹੈ, ਕਿਸੇ ਦੀ 10 ਲੱਖ ਰੁਪਏ ਦੀ ਸ਼ਰਧਾ ਹੁੰਦੀ ਹੈ। ਉਹ ਆਪਣਾ ਦਸਵੰਧ ਗੁਰੂ ਵਾਸਤੇ ਕੱਢਦੇ ਨੇ। ਜਦੋਂ ਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਤਾਂ ਸਾਡੇ ਦਿਲ ਵਿੱਚ ਖਿਆਲ ਆ ਜਾਂਦਾ ਕਿ ਅਸੀਂ ਗੁਰੂ ਨੂੰ ਕੀ ਭੇਟਾ ਕਰੀਏ। ਇਹ ਜ਼ਰੂਰੀ ਨਹੀਂ ਕਿ ਗੁਰੂ ਨੂੰ ਅਸੀਂ ਭੇਟਾ ਹੀ ਕਰਨਾ ਹੈ। ਗੁਰੂ ਕੁਝ ਨਹੀਂ ਮੰਗਦਾ, ਗੁਰੂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ। ਗੁਰੂ ਜੀ ਕਹਿੰਦੇ ਨੇ, ਦੇਖੋ ਗੁਰਸਿੱਖ ਗੁਰੂ ਪਿਆਰਿਆ, ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹਾਂ ਮੈਨੂੰ ਭੇਟਾ ਦੀ ਲੋੜ ਨਹੀਂ ਹੈ, ਤੁਸੀਂ ਇੱਕ ਚੀਜ਼ ਮੈਨੂੰ ਜ਼ਰੂਰ ਭੇਟਾ ਕਰ ਦੇਣੀ। ਉਹ ਕੀ ਹੈ ਸੰਗਤ ਜੀ, ਆਓ ਆਪਾਂ ਤੁਹਾਨੂੰ ਦੱਸਦੇ ਹਾਂ। ਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਆਪਣਾ ਮਨ ਜ਼ਰੂਰ ਭੇਟਾ ਕਰਨਾ। ਸੰਗਤ ਜੀ ਗੁਰੂ ਜੀ ਸਭ ਦੇ ਉੱਤੇ ਕਿਰਪਾ ਕਰਦੇ ਨੇ, ਭਾਵੇਂ ਕੋਈ ਕੋਡੀ ਨਾਲ ਮੱਥਾ ਟੇਕ ਦੇਵੇ, ਭਾਵੇਂ ਲੱਖਾਂ ਦਾ ਮੱਥਾ ਟੇਕ ਦੇਵੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਗੁਰੂ ਜੀ ਦੇ ਕੋਲ 10 ਲੱਖ ਰੁਪਇਆ ਹੀ ਲੈ ਕੇ ਜਾਣਾ। ਅਤੇ ਹਾਂ ਸੰਗਤ ਜੀ, ਇਹ ਆਪਣੀ ਸ਼ਰਧਾ ਜ਼ਰੂਰ ਹੁੰਦੀ ਹੈ ਕਿ ਆਪਣੀ ਹੈਸੀਅਤ ਕਿੰਨੀ, ਆਪਾਂ ਗੁਰੂ ਦਾ ਦਸਵੰਧ ਕਿੰਨਾ ਕੱਢਿਆ ਹੈ। ਗੁਰੂ ਜੀ ਸਾਰਿਆਂ ਉੱਤੇ ਕਿਰਪਾ ਕਰਦੇ ਨੇ, ਪਰ ਸੰਗਤ ਜੀ ਕਿਸੇ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਤੁਹਾਨੂੰ ਗੁਰੂ ਅੱਗੇ ਇੰਨੀ ਭੇਟਾ ਨਹੀਂ ਕਰਨੀ ਚਾਹੀਦੀ ਸੀ, ਇਹ ਚੀਜ਼ ਨਹੀਂ ਗੁਰੂ ਨੂੰ ਦੇਣੀ ਚਾਹੀਦੀ ਸੀ। ਸੰਗਤ ਜੀ ਆਪ ਜੀ ਨੂੰ ਪਤਾ ਹੈ ਜਿਹੜੇ ਗੁਰੂ ਘਰ ਨਾਲ ਜੁੜੇ ਹੁੰਦੇ ਨੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਹੀ ਪਿਆਰ ਹੁੰਦਾ, ਅਤੇ ਗਰੀਬਾਂ ਦੀ ਵੀ ਮਦਦ ਕਰਦੇ ਨੇ, ਲੰਗਰ ਵੀ ਲਾਉਂਦੇ ਨੇ, ਦਵਾਈਆਂ ਦਾ ਲੰਗਰ ਵੀ ਲਾਉਂਦੇ ਨੇ, ਘਰ ਵੀ ਬਣਾ ਕੇ ਦਿੰਦੇ ਨੇ। ਸੰਗਤ ਜੀ ਤੁਹਾਡੇ ਕੀ ਵਿਚਾਰ ਨੇ, ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ। ਤਦ ਤੱਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।